ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਯੰਗ ਵੀਰ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣੇ ਹੁਨਰ ਦੇ ਦਮ 'ਤੇ ਕੁਝ ਐਸੇ ਲੋਕ, ਕੁਝ ਐਸੀਆਂ ਸ਼ਖਸੀਅਤਾਂ ਜੋ ਆਪਣੀ ਪਹਿਚਾਣ ਬਣਾ ਚੁੱਕੇ ਨੇ, ਉਹਨਾਂ ਦੇ ਨਾਲ ਕਰਵਾਉਣਾ ਜੀ ਮੈਂ ਤੁਹਾਡੀ ਖਾਸ ਮੁਲਾਕਾਤ ਤੁਹਾਡੇ ਸਾਰਿਆਂ ਦੇ ਫੇਵਰੇਟ ਸ਼ੋਅ PTC ਸਪੋਟਲਾਈਟ ਦੇ ਵਿੱਚ। ਅਤੇ PTC ਸਪੋਟਲਾਈਟ ਦੇ ਵਿੱਚ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਜੀ ਇੱਕ ਐਸੇ ਟੈਲੈਂਟਡ ਸਿੰਗਰ ਦੇ ਨਾਲ ਜਿਨ੍ਹਾਂ ਨੇ ਗਾਣੇ ਢੋਲ ਸਪੀਕਰ ਤੋਂ ਕੀਤੀ ਸੀ ਸ਼ੁਰੂਆਤ, ਅਤੇ ਉਹਨਾਂ ਦਾ ਗਾਣਾ ਕਲੱਬ ਬੀਟ ਕਰ ਰਿਹਾ ਜੀ ਪੂਰੀ ਪੂਰੀ ਕਮਾਲ PTC ਸਪੋਟਲਾਈਟ ਵਿੱਚ ਅੱਜ ਆਪਣੇ ਨਾਲ ਬਾਈ ਸੋਨੂੰ ਠੁਕਰਾਲ। ਭਾਅ ਜੀ ਬਹੁਤ ਬਹੁਤ ਵੈਲਕਮ ਹੈ ਜੀ ਤੁਹਾਡਾ PTC ਸਪੋਟਲਾਈਟ ਦੇ ਵਿੱਚ। ਸ਼ੁਕਰੀਆ। ਸਭ ਤੋਂ ਪਹਿਲਾਂ PTC ਦੇ ਸਾਰੇ ਦਰਸ਼ਕਾਂ ਨੂੰ ਆਪਾਂ ਧੰਨਵਾਦ ਬੋਲਦੇ ਹਾਂ, ਔਰ ਯੰਗ ਵੀਰ ਤੁਹਾਨੂੰ ਵੀ ਸੋਹਣੇ ਸੁਨੱਕੇ ਮੁੰਡੇ ਨੂੰ ਆਏ ਹਾਏ ਸਲਿਊਟ। ਕਿਆ ਬਾਤ ਹੈ ਭਾਅ ਜੀ। ਔਰ ਭਾਅ ਜੀ ਫਰੀਦਾਬਾਦ ਦਾ ਇੱਕ ਐਸਾ ਏਰੀਆ ਬੱਲਭਗੜ੍ਹ ਜਿੱਥੋਂ ਤੁਸੀਂ ਸੰਬੰਧ ਰੱਖਦੇ ਹੋ ਜੀ, ਜਿੱਥੇ ਤੁਹਾਡਾ ਘਰ ਆ, ਬਿਲਕੁਲ। ਸੋ ਭਾਅ ਜੀ ਫਰੀਦਾਬਾਦ 'ਚ ਰਹਿਣ ਵਾਲਾ ਬੰਦਾ ਇੰਨੀ ਸੋਹਣੀ ਪੰਜਾਬੀ ਕਿੱਦਾਂ ਬੋਲ ਸਕਦਾ ਯਾਰ? ਐਕਚੁਅਲੀ ਅਸੀਂ ਪੰਜਾਬੀ ਜਿੰਨੇ ਸਿੰਗਰ ਸੀ ਸਾਰੇ ਜੀ, ਉਹਨਾਂ ਦਾ ਬਚਪਨ ਸਕੂਲ ਟਾਈਮ ਤੋਂ ਹੀ ਬੜੇ ਫੈਨ ਰਹੇ ਹਾਂ ਭਾਅ ਜੀ। ਓਕੇ। ਉਹਨਾਂ ਨੂੰ ਦੇਖ ਦੇਖ ਕੇ ਹੀ ਬਸ ਫਿਰ ਇਹ ਪੰਜਾਬੀ ਸ਼ਾਇਦ ਇੰਨੀ ਵਧੀਆ ਹੋ ਗਈ ਭਾਅ ਜੀ। ਭਾਅ ਜੀ ਕਦੋਂ ਤੁਹਾਨੂੰ ਇੱਦਾਂ ਲੱਗਾ ਵੀ ਤੁਸੀਂ ਸਿੰਗਰ ਬਣ ਸਕਦੇ ਹੋ? ਮੈਨੂੰ ਲੱਗਿਆ ਕਿ ਮਾਂ ਪਿਓ ਦੱਸਦੇ ਨੇ ਕਿ ਜਦ ਪੈਦਾ ਹੋਇਆ ਸੀ ਬੜੀ ਸੋਹਣਾ ਸੋਹਣਾ ਰੋ ਰਿਹਾ ਸੀ, ਮੈਂ ਸਰਚ ਰੋ ਰਹੇ ਸੀ, ਉਹਨੂੰ ਲੱਗਿਆ ਹੋਣਾ ਕਿ ਮੁੰਡਾ ਸੁਰੀਲਾ ਹੈਗਾ, ਸਿੰਗਰ ਹੀ ਬਣੂਗਾ। ਬਟ ਮੈਨੂੰ ਸ਼ੁਰੂਆਤ ਮੇਰੀ ਸਕੂਲ ਤੋਂ ਹੀ ਹੋਈ ਸੀ, ਜਦ ਆਪਾਂ ਸਕੂਲ ਸੀ ਜੀ ਉੱਥੇ ਪੜ੍ਹਾਈ 'ਚ ਤਾਂ ਮੈਂ ਬੜਾ ਹੀ ਔਖਾ ਪੂਰਾ ਸੂਰਾ ਹੀ ਰਿਹਾ। ਠੀਕ ਹੈ ਜੀ, ਇੱਧਰ ਵੀ ਇਹੀ ਹਾਲ ਸੀ। ਅੱਛਾ, ਅਰੇ ਵਾਹ। ਬਟ ਫਿਰ ਉਹੀ ਵਾਲੀ ਗੱਲ ਆ ਗਈ, ਪੜ੍ਹਾਈ ਤੁਸੀਂ ਨਾ ਫਿਰ ਆਰਟਿਸਟ ਹੀ ਬਣਦਾ, ਆਪਸ਼ਨ ਨਹੀਂ ਆ ਉਹਦੇ ਕੋਲ ਕੋਈ। ਪਰ ਭਾਜੀ ਮਿਊਜ਼ਿਕ ਨੂੰ ਐਜ਼ ਅ ਕਰੀਅਰ ਲੈਣਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਡਿਸੀਜਨ ਹੁੰਦਾ, ਸੋ ਕਰੀਅਰ ਇਹਦੇ ਵਿੱਚ ਬਣਾਉਣ ਬਾਰੇ ਕਦੋਂ ਸੋਚਿਆ? ਵੀਰੇ ਵੈਸੇ ਮੇਰੀ ਜਿਹੜੀ ਸ਼ੁਰੂਆਤ ਸੀ ਉਹ ਆਪਣੇ ਘਰੋਂ ਹੋਈ ਹੈ। ਫਾਦਰ ਸਾਹਿਬ ਮੇਰੇ ਬਲਾਈਂਡ ਪਰਸਨ ਨੇ, ਇਜ਼ ਏ ਬਲਾਈਂਡ, ਤੋ ਆਪਣਾ ਇੱਕ ਮੰਦਿਰ ਹੈ ਘਰ ਦੇ ਵਿੱਚ, ਉੱਥੇ ਆਪਾਂ ਮੈਂ ਉਹਨਾਂ ਨਾਲ ਢੋਲਕ ਪਲੇ ਕਰਦਾ ਸੀ। ਓਕੇ। ਵੈਸੇ ਬਣਨਾ ਤਾਂ ਮੈਨੂੰ ਡਿਵੋਸ਼ਨਲ ਸਿੰਗਰ ਚਾਹੀਦਾ, ਆਪਾਂ ਰਾਹ ਦੂਜੀ ਫੜ ਕੇ ਨਿਕਲ ਗਏ, ਪੌਪ ਸਿੰਗਰ ਬਣ ਗਏ ਉੱਧਰੋਂ। ਬਟ ਵਧੀਆ ਰਿਹਾ ਮੇਰਾ ਸਫ਼ਰ, ਕਿਉਂਕਿ ਸਕੂਲ ਟਾਈਮ 'ਚ ਮੇਰੇ ਯਾਰ ਦੋਸਤ ਮੈਨੂੰ ਕਹਿੰਦੀ ਸੀ ਕਿ ਬਾਈ ਆਵਾਜ਼ ਬੜੀ ਵਧੀਆ, ਆਵਾਜ਼ ਬੜੀ ਵਧੀਆ। ਫਿਰ ਪੰਜਾਬੀ ਸਿੰਗਰਾਂ ਤੋਂ ਆਪਾਂ ਕਾਫ਼ੀ ਇੰਸਪਾਇਰ ਸੀ, ਤਾਂ ਮੈਂ ਪੰਜਾਬੀ ਵੱਲ ਚੂਜ਼ ਕੀਤਾ ਜੀ। ਔਰ ਭਾਅ ਜੀ 2009 ਦੇ ਵਿੱਚ ਜਿੱਥੇ ਤੱਕ ਮੈਨੂੰ ਯਾਦ ਆ ਤੁਹਾਡੀ ਐਲਬਮ ਆਈ ਸੀ ਢੋਲ ਸਪੀਕਰ। ਬਿਲਕੁਲ। ਸੋ ਹੁਣ ਗਾਣਾ ਆ ਰਿਹਾ ਕਲੱਬ ਬੀਟ ਜੀ, ਗਾਣਾ ਆ ਵੀ ਆ, ਬਹੁਤ ਸਾਰਾ ਪਿਆਰ ਮਿਲਿਆ ਗਾਣੇ ਨੂੰ। ਬਿਲਕੁਲ। ਹੈ ਨਾ। ਸੋ ਭਾਅ ਜੀ 5 ਸਾਲ ਦਾ ਗੈਪ, 5 ਸਾਲ ਕੀ ਕਰਦੇ ਮੈਨੂੰ ਇਹ ਦੱਸੋ? ਪੈਸੇ ਇਕੱਠੇ ਕਰਦਾ ਰਿਹਾ ਯਾਰ, ਗਾਣਾ ਕਰਨ ਵਾਸਤੇ ਪੈਸੇ ਇਕੱਠੇ ਕਰਦਾ। ਐਕਚੁਅਲੀ ਅੱਜ ਕੱਲ੍ਹ ਪੈਸੇ ਬੜੇ ਲੱਗਦੇ ਨੇ ਮਿਊਜ਼ਿਕ ਵੀਡੀਓ 'ਚ ਸਾਰਿਆਂ 'ਚ, ਤਾਂ 5 ਸਾਲ ਮੈਂ ਪੈਸੇ ਇਕੱਠੇ ਕੀਤੇ ਨੇ। ਬਿਲਕੁਲ। ਔਰ ਭਾਅ ਜੀ ਜਿਹੜੀ ਐਲਬਮ ਆਈ ਸੀ ਢੋਲ ਸਪੀਕਰ ਜੀ, ਭਾਅ ਜੀ ਉਹਦੇ ਵਿੱਚ ਕਿੰਨੇ ਗਾਣੇ ਸੀਗੇ, ਔਰ ਉਹਦਾ ਐਲਬਮ, ਪੂਰੀ ਐਲਬਮ ਕਰਨ ਦਾ ਮਾਹੌਲ ਕਿੱਦਾਂ ਬਣਿਆ? ਐਕਚੁਅਲੀ ਉਸ ਟਾਈਮ ਸਾਰਾ ਐਲਬਮ ਹੀ ਕਰਦੇ ਹੁੰਦੇ ਸੀ ਸਾਰੇ, ਉਸ ਟਾਈਮ ਸਿੰਗਲ ਦਾ ਜ਼ਮਾਨਾ ਨਹੀਂ ਸੀ। ਅੱਜ ਕੱਲ੍ਹ ਸਾਰਾ ਡਿਜੀਟਲ ਹੋ ਗਿਆ, ਤਾਂ ਇਸ ਕਰਕੇ ਸਿੰਗਲ ਕੱਢ ਰਹੇ ਹਾਂ। ਉਹ 'ਚ ਆਪਾਂ 9 ਗਾਣੇ ਸੀ ਵੀਰੇ। ਓਕੇ। ਉਹ 'ਚ ਮੈਂ ਸਾਰਾ ਕੁਝ ਗਾਇਆ, ਸੈਡ ਵੀ ਗਾਏ, ਵਿਆਹ ਵਾਲੇ ਵੀ ਗਾਏ, ਭੰਗੜਾ ਸੌਂਗ, ਬੀਟ ਸੌਂਗ ਵੀ ਗਾਏ, ਸਾਰੀ ਵੇਰੀਏਸ਼ਨ ਦਿੱਤੀ ਸੀ। ਭਾਜੀ ਉਹਨਾਂ ਵਿੱਚੋਂ ਵੀਡੀਓਜ਼ ਕਿਹੜੇ-ਕਿਹੜੇ ਗਾਣੇ ਦੀਆਂ ਬਣੀਆਂ? ਆਪਾਂ 2 ਗਾਣੇ ਦੀ, ਇੱਕ ਟਾਈਟਲ ਟਰੈਕ ਸੀ ਢੋਲ ਸਪੀਕਰ, ਇੱਕ ਹਾਈ ਮਰਗਰ, ਦੋਵੇਂ। ਉਹ 'ਚ ਮੈਂ ਹਰਿਆਣਵੀ ਵੀ ਇੱਕ ਗਾਇਆ ਸੀ, ਕਿਉਂਕਿ ਮੈਂ ਹਰਿਆਣੇ ਤੋਂ ਬਿਲੋਂਗ ਕਰਦਾ। ਓਕੇ। ਇਹਦੇ ਬਾਰੇ ਸਾਰਾ ਹਰਿਆਣਵੀ, ਮੈਂ ਕਹਿੰਦਾ ਹੋ ਜਾਵੇ ਥੋੜ੍ਹਾ ਜਿਹਾ ਤੜਕਾ, ਹੈ ਨਾ, ਪੰਜਾਬੀ ਤਾਂ ਸੁਣਦੇ ਹੀ ਹਾਂ, ਹਰਿਆਣਵੀ ਵੀ ਥੋੜ੍ਹਾ ਜਿਹੜਾ ਤੜਕਾ ਹੈਗਾ ਹੋ ਜਾਵੇ। ਆਪਾਂ ਉਹਦਾ ਵੀਡੀਓ ਤਾਂ ਨਹੀਂ ਕੀਤਾ ਸੀ, ਬਟ ਆਡੀਓ ਜ਼ਰੂਰ ਮੈਂ ਦੋ ਵੀਡੀਓ ਆਪਾਂ ਅੱਜ ਕਰ ਰਹੇ ਹਾਂ। ਅਰੇ ਮੈਂ ਛੋਰਾ ਹਰਿਆਣੇ ਕਾ, ਮਰ ਦੁਨੀਆ ਜਾਣੇ ਠਾਂ ਟਰੇ। ਮੈਂ ਛੋਰਾ ਹਰਿਆਣੇ ਕਾ, ਮਰ ਦੁਨੀਆ ਜਾਣੇ ਠਾਂ ਟਰੇ, ਐਸੀ ਧੂਮ ਮਚਾ ਦੂੰਗਾ ਮੈਂ ਪੂਰੇ ਹਿੰਦੁਸਤਾਨ ਮੇ। ਮੈਂ ਛੋਰਾ ਹਰਿਆਣੇ ਕਾ, ਮਰ ਦੁਨੀਆ ਜਾਣੇ ਠਾਂ ਟਰੇ। ਕਿਆ ਬਾਤ ਹੈ ਭਾਜੀ। ਔਰ ਜਿਹੜਾ ਟਾਈਟਲ ਸੌਂਗ ਸੀਗਾ ਢੋਲ ਸਪੀਕਰ, ਢੋਲ ਸਪੀਕਰ ਸੀ ਉਹ, ਸੋ ਉਹ ਥੋੜ੍ਹਾ ਜਿਹਾ ਉਹ ਵੀ ਹੋ ਜਾਵੇ, ਮੈਂ ਕਹਿੰਦਾ ਹੁਣ ਬੈਕ ਟੂ ਬੈਕ ਮਾਹੌਲ ਬਣਿਆ ਤਾਂ। ਹੋ ਅੱਜ ਢੋਲ ਸਪੀਕਰ ਵੱਜਦੇ, ਤੁਮਾਂ ਪੈਂਦੀਆਂ ਵੇੜੇ ਸਜਦੇ, ਹੋ ਤੇਰੇ ਨਾਲ ਨੱਚਣ ਦਾ ਚਾਹਣੀਏ ਨੀ, ਤੇਰੇ ਪੱਬ ਦੇ ਨਾਲ ਹੀ ਪੱਬ ਚੱਕਣਾ ਹਏ, ਹੋ ਜਦ ਤੂੰ ਨੱਚੇਗੀ ਹਾਣ ਦੀ ਨੀ ਅਸੀਂ ਤਾਂ ਨੱਚਣਾ, ਹੋ ਜਦ ਤੂੰ ਨੱਚੇਗੀ ਹਾਣ ਦੀ ਨੀ ਅਸੀਂ ਤਾਂ ਨੱਚਣਾ। ਕਿਆ ਬਾਤ ਹੈ ਭਾਜੀ, ਬਹੁਤ ਖੂਬ। ਔਰ ਭਾਜੀ ਜਿਹੜੀ ਵੀਡੀਓ ਸੀਗੀ ਇਸ ਗਾਣੇ ਦੀ, ਹੈ ਨਾ ਜੀ, ਸੋ ਵੀਡੀਓ ਦਾ ਮਾਹੌਲ, ਇਸ ਗਾਣੇ ਦੀ ਵੀਡੀਓ ਕਿੰਨੇ ਕੀਤੀ ਸੀ, ਔਰ ਜਿਹੜੇ ਗਾਣੇ ਸੀ ਸਾਰੇ ਐਲਬਮ ਦੇ ਉਹ ਕਿਹਨਾਂ ਕਿਹਨਾਂ ਦੇ ਸੀਗੇ, ਪੂਰੀ ਟੀਮ ਨੂੰ ਐਕਸਪਲੇਨ ਕਰੋ। ਅੱਛਾ, ਵੀਡੀਓ ਵੀਰੇ ਪਹਿਲਾ ਵੀਡੀਓ ਢੋਲ ਸਪੀਕਰ ਕੀਤਾ ਸੀ ਕਰਨ ਬਰਾੜ ਨੇ, ਚੰਡੀਗੜ੍ਹ ਸ਼ੂਟ ਕੀਤਾ ਸੀ। ਦੂਜਾ ਵੀਡੀਓ ਆਪਾਂ ਸਮੀਰ ਖੰਨਾ ਤੋਂ ਕਰਾਇਆ ਦਿੱਲੀ। ਓਕੇ। ਮਿਊਜ਼ਿਕ ਡਾਇਰੈਕਟਰ ਸੀ ਸਾਡੇ ਗੋਲਡੀ ਡੋਗਰਾ ਭਾਜੀ। ਓਕੇ। ਔਰ ਲਿਰਿਕਸ ਕਾਫੀ ਸਾਰੇ ਸੀ, ਸੁਰਮਨੀ ਦਾ ਸੀ, ਹਰਿਆਣਵੀ ਮੈਂ ਖੁਦ ਲਿਖਿਆ ਸੀ। ਓਕੇ। ਔਰ ਇੱਕ ਹੋਰ ਰਾਈਟਰ ਐਸ ਮੁਖਤਿਆਰ ਦੇ 2 ਗਾਣੇ ਸੀ ਉਹ 'ਚ। ਜੀ ਜੀ। ਕਾਫੀ ਸਾਰੇ, ਪੂਰਾ ਬੜਾ ਟਾਈਮ ਲੱਗਿਆ ਸੀ ਇਸ ਐਲਬਮ ਨੂੰ। ਬਿਲਕੁਲ। ਔਰ ਭਾਅ ਜੀ ਕਈ ਮਾਹੌਲ, ਕਈ ਵਾਰੀ ਇੱਦਾਂ ਹੁੰਦਾ ਵੀ ਕੁਛ ਪ੍ਰੀਸ਼ੀਅਸ ਮੂਮੈਂਟਸ ਨਾ
ਜਿੱਦਾਂ ਤੁਸੀਂ ਐਲਬਮ ਕੀਤੀ ਕੁਛ ਨਾ ਕੁਛ ਐਸੀਆਂ ਯਾਦਾਂ ਜੁੜ ਜਾਂਦੀਆਂ ਜਿਹੜੀਆਂ ਤੁਹਾਨੂੰ ਅੱਜ ਵੀ ਆਉਂਦੀਆਂ ਹੁਣ। ਸਾਡੇ ਕੋਲ ਸਭ ਤੋਂ ਪਹਿਲੀ ਗੱਲ ਇੱਕ ਪੈਸੇ ਦਾ ਬੜਾ ਘਾਟਾ ਸੀ ਸਾਡੇ ਕੋਲ ਪੈਸੇ ਨਹੀਂ ਸੀ ਵੀਡੀਓ ਆਡੀਓ ਲਈ ਅੱਜ ਕੱਲ੍ਹ ਬੜਾ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਪੈਸਾ ਲੱਗਦਾ ਉਸ ਟਾਈਮ ਫਿਰ ਵੀ ਮੈਨੂੰ ਲੱਗਦਾ ਥੋੜ੍ਹਾ ਜਿਹਾ ਘੱਟ ਸੀ ਅੱਜ ਤਾਂ ਬੜੇ ਮਹਿੰਗੇ ਬਟ ਉਦੋਂ ਜ਼ਿਆਦਾ ਗਾਣੇ ਕਰਨੇ ਹੁੰਦੇ ਸੀ ਇਸ ਕਰਕੇ ਜ਼ਿਆਦਾ ਲੱਗਦਾ ਸੀ ਐਕਚੁਅਲੀ ਹਾਂ ਮੈਨੂੰ ਐਲਬਮ ਲੱਗਦਾ ਹਾਂ ਬਿਲਕੁਲ 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 ਬਟ ਅੱਜ ਕੱਲ੍ਹ ਵੀ ਬਹੁਤ ਜ਼ਿਆਦਾ ਲੱਗਦਾ ਯਾਰ ਬੜਾ ਔਖਾ ਹੋ ਗਿਆ ਕੰਮ ਕਰਨਾ ਬਟ ਔਖੇ ਔਖੇ ਦੇ ਬਾਵਜੂਦ ਤੁਸੀਂ ਗਾਣਾ ਕੀਤਾ ਆ ਕਲੱਬ ਬੀਟ ਸੋ ਬਹੁਤ ਹਿੱਟ ਵੀ ਹੋ ਰਿਹਾ ਹੈ ਨਾ ਟੱਚ ਵੁੱਡ ਟੱਚ ਉਹਦੇ ਬਾਰੇ ਵੀ ਗੱਲ ਕਰਾਂਗੇ ਬਟ ਟਾਈਮ ਹੋ ਚੁੱਕਾ ਇੱਕ ਬ੍ਰੇਕ ਦਾ ਸੋ ਪੀ ਟੀ ਸੀ ਸਪੋਟਲਾਈਟ ਦੇ ਵਿੱਚ ਆਪਾਂ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ ਜੀ ਸੋਨੂੰ ਠੁਕਰਾਲ ਭਾਈ ਦੇ ਨਾਲ ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਪੀ ਟੀ ਸੀ ਸਪੋਟਲਾਈਟ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਵਨ ਐਂਡ ਓਨਲੀ ਸੋਨੂੰ ਠੁਕਰਾਲ ਭਾਅ ਜੀ ਦੇ ਨਾਲ। ਅੱਛਾ ਭਾਅ ਜੀ 2009 ਤੋਂ 2017 ਹਾਂਜੀ ਲਗਭਗ 8 ਸਾਲ ਦਾ ਗੈਪ ਜੀ ਭਾਅ ਜੀ। ਸੋ ਹੁਣ ਜਿਹੜਾ ਗਾਣਾ ਲੈ ਕੇ ਆਏ ਹੋ ਕਲੱਬ ਬੀਟ ਉਹਦੀ ਗੱਲ ਕਰਦੇ ਹਾਂ ਜੀ ਭਾਅ ਜੀ ਕਿ ਕਲੱਬ ਬੀਟ ਦਾ ਜਿਹੜਾ ਆਈਡੀਆ ਸੀਗਾ ਬੜੀ ਜ਼ਿੰਮੇਵਾਰੀ ਵਾਲੀ ਗੱਲ ਸੀ ਇੰਨੇ ਸਾਲਾਂ ਬਾਅਦ ਵਾਪਸੀ ਕਰਨੀ ਬਿਲਕੁਲ ਭਾਅ ਜੀ ਉਹ ਕਿੱਦਾਂ ਮਤਲਬ ਉਹਦਾ ਪ੍ਰੋਪਰ ਪਲੈਨਿੰਗ ਦੇ ਬਾਰੇ ਦੱਸੋ। ਬੇਸਿਕਲੀ ਮੈਂ ਟੀ ਸੀਰੀਜ ਗਿਆ ਹੋਇਆ ਸੀ ਟੀ ਸੀਰੀਜ ਆਪਣੀ ਮੀਟਿੰਗ ਚੱਲ ਰਹੀ ਸੀ ਕਿ ਕੁਝ ਨਵਾਂ ਕਰਦੇ ਆ ਉਹਨਾਂ ਨਾਲ ਉਹਨਾਂ ਨੇ ਫਿਰ ਮੈਨੂੰ ਸੁਜੈਸਟ ਕੀਤਾ ਕੁਵਰ ਬਾਰੇ ਫਿਰ ਸਾਡੀ ਨੈਕਸਟ ਡੇ ਕੁਵਰ ਨਾਲ ਮੁਲਾਕਾਤ ਹੋਈ ਉੱਥੇ ਆਪਾਂ ਡਿਸਾਈਡ ਕੀਤਾ ਇਹ ਵਾਲਾ ਗਾਣਾ ਕਿ ਆਪਾਂ ਕਲੱਬ ਬੀਟ ਕਰਦੇ ਹਾਂ ਥੋੜਾ ਨਵੀਂ ਚੀਜ਼ ਹੈਗੀ ਹੈ ਸਾਨੂੰ ਲੱਗਦਾ ਬਿਲਕੁਲ। ਔਰ ਕੁਵਰ ਵਿਰਕ ਦੇ ਨਾਲ ਕੰਮ ਕਰਕੇ ਕਿੱਦਾਂ ਦਾ ਲੱਗਾ ਕੁਛ ਉਹ ਐਕਸਪੀਰੀਅੰਸ ਸ਼ੇਅਰ ਕਰੋ। ਮੈਨੂੰ ਵਧੀਆ ਰਿਹਾ ਕੁਵਰ ਦੇ ਨਾਲ ਕਾਫੀ ਵਧੀਆ ਆਪਾਂ ਇਸ 'ਚ ਨਵੀਂ ਚੀਜ਼ ਕੀਤੀ ਹੈ ਕਿ ਕੁਵਰ ਤੋਂ ਰੈਪ ਨਹੀਂ ਕਰਾਇਆ ਆਪਾਂ ਆਪਾਂ ਇਹ 'ਚ ਵਿੱਚ ਬੋਲੀ ਪਾ ਤੀ ਕਿ ਉਹਨੂੰ ਲੱਗਿਆ ਕਿ ਭਾਅ ਜੀ ਇਹ ਗਾਣਾ ਥੋੜ੍ਹਾ ਡਿਫਰੈਂਟ ਹੈ ਔਰ ਇਹ 'ਚ ਆਪਾਂ ਕੁਛ ਨਵੀਂ ਚੀਜ਼ ਕਰਦੇ ਹਾਂ ਬਿਲਕੁਲ ਤਾਂ ਮੈਨੂੰ ਵਧੀਆ ਰਿਹਾ ਕੁਵਰ ਨਾਲ ਮੇਰਾ ਐਕਸਪੀਰੀਅੰਸ ਲਾਜਵਾਬ ਬਿਲਕੁਲ। ਔਰ ਭਾਅ ਜੀ ਅੱਜ ਕੱਲ੍ਹ ਵੈਸੇ ਵੀ ਕਲੱਬ ਬੀਟਸ ਗਾਣੇ ਹੀ ਜ਼ਿਆਦਾ ਚੱਲ ਰਹੇ ਆ ਹਨਾ ਬਿਲਕੁਲ ਭਾਅ ਜੀ ਬਿਲਕੁਲ ਬਟ ਉਹਦੇ ਬਾਵਜੂਦ ਕੀ ਤੁਹਾਡਾ ਸ਼ੌਂਕ ਐਸਾ ਹੈਗਾ ਵੀ ਸੈਡ ਜਾਂ ਰੋਮਾਂਟਿਕ ਵੀ ਕੀਤਾ ਜਾਵੇ? ਮੈਂ ਸੈਡ ਤਾਂ ਨਹੀਂ ਕਿਉਂਕਿ ਇੱਦਾਂ ਦੀ ਕੋਈ ਸੱਟ ਨਹੀਂ ਲੱਗੀ ਮੈਨੂੰ ਬਟ ਮੈਂ ਰੋਮਾਂਟਿਕ ਜ਼ਰੂਰ ਕਰਾਂਗਾ ਫਿਊਚਰ 'ਚ ਰੋਮਾਂਟਿਕ ਜ਼ਰੂਰ ਫਿਲਹਾਲ ਮੈਂ ਸਾਰੇ ਬੀਟ ਸੌਂਗ ਹੀ ਵੀਰੇ ਕਰ ਰਿਹਾ ਜੀ। ਮਿਊਜ਼ਿਕ ਤਾਂ ਭਾਅ ਜੀ ਕੁਮਰ ਵਿਰਕ ਭਾਈ ਨੇ ਕੀਤਾ ਕਲੱਬ ਬੀਟ ਦਾ ਅਤੇ ਗਾਣੇ ਦੀ ਵੀਡੀਓ ਬਾਰੇ ਦੱਸੋ ਵੀ ਉਹਦਾ ਕਨਸੈਪਟ ਕਿੱਦਾਂ ਡਿਜ਼ਾਈਨ ਕੀਤਾ? ਵੀਡੀਓ ਬੜੀ ਕਮਾਲ ਦੇ ਮੁੰਡੇ ਹੈਗੇ ਨੇ ਟੀਮ ਡੀਜੀ ਕੈਮ ਸੀ ਵਿਕਸੀ ਦੋਵੇਂ ਭਰਾ ਬੜਾ ਹੀ ਲਾਜਵਾਬ ਉਹਨਾਂ ਨੇ ਕਨਸੈਪਟ ਉਹ 'ਚ ਕਈ ਸ਼ਾਟ ਇੱਦਾਂ ਦੇ ਨੇ ਜਿਹੜੇ ਮੈਨੂੰ ਬਹੁਤ ਵਧੀਆ ਲੱਗੇ ਜਿਹਦਾ ਤੁਸੀਂ ਦੇਖਿਆ ਹੋਣਾ ਉਹ ਕੁੜੀਆਂ ਹਾਰਮੋਨੀਅਮ ਪਲੇ ਕਰਦੀਆਂ ਨੇ ਫਿਰ ਲਾਸਟ 'ਚ ਇੱਕ ਸ਼ਾਟ ਹੈਗਾ ਉਹ ਮੁੰਡਾ ਡ੍ਰੀਮ 'ਚ ਹੁੰਦਾ ਮਾਂ ਪਾਣੀ ਸੁੱਟਦੀ ਹੈ ਤਾਂ ਬਹੁਤ ਹੀ ਵਧੀਆ ਵੀਡੀਓ ਬਹੁਤ ਫਨ ਕੀਤਾ ਤੁਸੀਂ ਵੀਡੀਓ ਪੂਰਾ ਮੈਂ ਕਾਫੀ ਇੰਜੋਏ ਕੀਤਾ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਮਸਤੀ ਸੋਨੂੰ ਠੁਕਰਾਲ ਨੇ ਕੀਤੀ ਹੈ। ਭਾਅ ਜੀ ਗਾਣੇ ਦਾ ਰਿਸਪੋਂਸ ਬਹੁਤ ਵਧੀਆ ਆ ਰਿਹਾ ਹੈ ਨਾ ਜੀ ਬਿਲਕੁਲ ਕਾਫੀ ਵਿਊਜ਼ ਮਿਲ ਰਿਹਾ ਯੂਟਿਊਬ ਤੇ ਬਿਲਕੁਲ ਭਾਅ ਜੀ। ਔਰ ਭਾਅ ਜੀ ਕਾਫੀ ਜ਼ਿੰਮੇਵਾਰੀ ਵੀ ਹੁੰਦੀ ਆ ਨਾ ਇੰਨੇ ਸਾਲਾਂ ਬਾਅਦ ਵਾਪਸੀ ਕਰਨੀ ਔਰ ਇਸ ਗਾਣੇ ਤੋਂ ਬਾਅਦ ਹੁਣ ਇੱਕ ਨਵਾਂ ਸੋਨੂੰ ਠੁਕਰਾਲ ਪੇਸ਼ ਹੋਇਆ ਬਿਲਕੁਲ ਇਹ ਗੱਲ ਕਹਿ ਸਕਦੇ ਕਿੱਦਾਂ ਦੀ ਫੀਲਿੰਗ ਇਹ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿਉਂਕਿ ਆਪਣੀ 8 ਸਾਲਾਂ 'ਚ ਲੁੱਕ ਕਾਫੀ ਚੇਂਜ ਹੋ ਗਈ ਆਪਾਂ ਇਹ 'ਚ ਵਧੀਆ ਲੋਕ ਕਾਫੀ ਪਸੰਦ ਕਰ ਰਹੇ ਨੇ ਮੈਨੂੰ ਬੜੇ ਸਾਰੇ ਫੇਸਬੁੱਕ 'ਤੇ ਬੜੇ ਸਾਰੇ ਮੈਸੇਜ ਆ ਰਹੇ ਨੇ ਮੇਰੇ ਪੇਜ 'ਤੇ ਔਰ ਖੁਸ਼ੀ ਮਿਲਦੀ ਹੈ ਕਿ ਚਲੋ ਇੰਨੇ ਚਿਰਾਂ ਬਾਅਦ ਤੁਹਾਡਾ ਕੋਈ ਗਾਣਾ ਆਇਆ ਲੋਕ ਤੁਹਾਨੂੰ ਪਸੰਦ ਕਰਨ ਤਾਂ ਵਧੀਆ ਲੱਗਦਾ ਭਾਅ ਜੀ। ਭਾਅ ਜੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਕਲੱਬ ਬੀਟ ਦੇ ਬਾਰੇ ਨਾ ਬਿਲਕੁਲ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਮੈਂ ਚਾਹੁੰਦਾ ਵੀ ਇੱਕ ਵਾਰੀ ਹੋ ਜਾਵੇ ਕਲੱਬ ਬੀਟ ਨਹੀਂ ਬਿਲਕੁਲ 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 ਹੋਰ ਨੀ ਤੂੰ ਨੱਚਦੀ ਕਲੱਬ ਵਿੱਚ ਨੀ ਹੋਰ ਨੀ ਤੂੰ ਨੱਚਦੀ ਕਲੱਬ ਵਿੱਚ ਨੀ ਹੋ ਇੰਗਲਿਸ਼ ਬੀਟ ਦੇ ਉੱਤੇ ਹੋ ਇੰਗਲਿਸ਼ ਬੀਟ ਦੇ ਉੱਤੇ ਲਾਵੇਂ ਠੁੰਮ ਕੇ ਤੂੰ ਪੱਬ ਵਿੱਚ ਨੀ ਹੋ ਨੀ ਤੂੰ ਨੱਚਦੀ ਕਲੱਬ ਵਿੱਚ ਨੀ ਹੋ ਨੀ ਤੂੰ ਨੱਚਦੀ ਕਲੱਬ ਵਿੱਚ ਨੀ ਕੀ ਬਾਤ ਹੈ। ਔਰ ਭਾਜੀ ਗਾਣਾ ਇੰਨਾ ਵਧੀਆ ਅੱਛੀ ਬੀਟ ਬਣੀ ਗਾਣੇ ਦਾ ਨਾਂ ਹੀ ਕਲੱਬ ਬੀਟ ਸੀ ਬਿਲਕੁਲ ਭਾਜੀ ਸੋ ਇਸ ਗਾਣੇ ਨੂੰ ਕਰਨ ਤੋਂ ਬਾਅਦ ਕੌਨਫੀਡੈਂਸ ਦੇ ਵਿੱਚ ਕਿੰਨਾ ਕੁ ਮਤਲਬ ਅਪ ਹੋਇਆ ਕੌਨਫੀਡੈਂਸ ਲਾਈਵ ਸ਼ੋਅ ਦੇ ਵਿੱਚ ਜ਼ਰੂਰਤ ਪੈਂਦੀ ਹੈ ਕੌਨਫੀਡੈਂਸ ਨਹੀਂ ਲਾਈਵ ਸ਼ੋਅ ਟੱਚਵੁੱਡ ਮਤਲਬ ਮੇਰ ਹੈਗੀ ਉੱਪਰ ਵਾਲੇ ਦੀ ਕਿ ਲਾਈਵ ਸ਼ੋਅ ਵੀਰੇ ਮੈਨੂੰ 12 ਸਾਲ ਹੋ ਗਏ ਕਰਦੇ ਹੋਏ ਔਰ 12 ਸਾਲ ਤੋਂ ਪੈਸੇ ਲੈ ਰਹੇ ਹਾਂ ਲੋਕਾਂ ਤੋਂ ਲਾਈਵ ਸ਼ੋਅ ਆਪਣੇ ਵਧੀਆ ਚੱਲਦੇ ਨੇ ਬਿਲਕੁਲ। ਔਰ ਭਾਅ ਜੀ ਅਕਸਰ ਇੱਦਾਂ ਹੁੰਦਾ ਵੀ ਜਦੋਂ ਬੰਦਾ ਕਿਸੇ ਲਾਈਨ ਤੋਂ ਟੁੱਟ ਜਾਂਦਾ ਜੀ ਭਾਅ ਜੀ 8 ਸਾਲ ਦਾ ਐਡਾ ਵੱਡਾ ਗੈਪ ਬਿਲਕੁਲ ਬਟ ਇਹ ਬਾਰ ਬਾਰ 8 ਸਾਲ ਦਾ ਗੈਪ ਮੈਂ ਇਸ ਕਰਕੇ ਕਹਿ ਰਹੇ ਕਿਉਂਕਿ ਬਹੁਤ ਵੱਡੀ ਗੱਲ ਆ ਔਰ ਵਾਪਸੀ ਕਰਨਾ ਬਹੁਤ ਵੱਡੀ ਗੱਲ ਆਪਣੇ ਹਨਾ ਸੋ ਇਸ ਮਾਮਲੇ 'ਚ ਤੁਹਾਨੂੰ ਸੈਲਿਊਟ ਹੈ ਜੀ ਅਰੇ ਭਾਅ ਜੀ ਥੈਂਕ ਯੂ ਵੈਰੀ ਮਚ ਬਟ ਵਾਪਸੀ ਕਰਨ ਤੋਂ ਬਾਅਦ ਮਤਲਬ ਕਦੀ ਕਦੀ ਇੱਦਾਂ ਫੀਲ ਨਹੀਂ ਸੀ ਹੁੰਦਾ ਵੀ 8 ਸਾਲਾਂ ਬਾਅਦ ਕੁਝ ਹੋਰ ਕਰ ਲੈਣਾ ਚਾਹੀਦਾ ਸੀ? ਦੇਖੋ ਭਾਅ ਜੀ ਆਪਾਂ 8 ਸਾਲ 'ਚ ਮੈਨੂੰ ਇਹ ਲੱਗਦਾ ਕਿ ਜਦ ਬੰਦਾ ਤੁਹਾਡੇ ਸਟੈਪ ਤਰੱਕੀ ਵਾਲੇ ਹੋਣ ਫਿਰ ਤੁਹਾਨੂੰ ਦਿੱਕਤ ਨਹੀਂ ਆਉਂਦੀ ਚਾਹੇ 8 ਹੋਣ ਜਾਂ 16 ਹੋ ਜਾਣ ਭਾਅ ਜੀ ਮੈਨੂੰ ਟੱਚਵੁੱਡ ਜਦ ਆਪਾਂ ਸ਼ੁਰੂਆਤ ਕੀਤੀ ਸੀ ਆਪਾਂ ਬਸਾਂ 'ਚ ਧੱਕੇ ਖਾਂਦੇ ਹੁੰਦੇ ਸੀ ਅੱਜ ਰੱਬ ਨੇ ਸਾਨੂੰ ਮਸੜੀਜ਼ ਦਿੱਤੀ ਹੈ ਤਾਂ ਫਿਰ ਇਹ ਖੁਸ਼ੀ ਵਾਲੀ ਗੱਲ ਹੈ ਬਿਲਕੁਲ ਝੂਟਾ ਲਾਉਂਗਾ ਤੁਹਾਡੇ ਕੋਲ ਜਾਣ ਲੱਗੇ ਸਾਨੂੰ ਲੱਗਦਾ ਹੈ ਕਿ ਠੀਕ ਹੈ 8 ਸਾਲ ਜ਼ਰੂਰ ਲੱਗੇ ਮੈਨੂੰ ਬਟ ਕਈ ਵਾਰੀ ਤੁਸੀਂ ਨਾ ਸੋਚਦੇ ਕਿ ਅੱਜ ਕਰਾਂਗਾ ਕੱਲ੍ਹ ਕਰਾਂਗਾ ਕੁਝ ਨਵਾਂ ਕਰਦਾ ਲੀਰਿਕਸ ਨਹੀਂ ਲੱਭਦੇ ਕਿਹਦੇ ਨਾਲ ਕਰਾਂ ਬਸ
ਬਟ ਹੁਣ ਮੈਨੂੰ ਲਗਦਾ ਹੈ ਗੈਪ ਨਹੀਂ ਆਏਗਾ ਬਾਜੀ। ਅੱਛਾ ਬਾਜੀ, ਆਪਣੀ ਗੱਲ ਇਹੀ ਚੱਲ ਰਹੀ ਸੀ ਕਿ 8 ਸਾਲ ਤੁਸੀਂ ਪੈਸੇ ਇਕੱਠੇ ਕੀਤੇ ਹਨ, ਤਾਂ ਪੈਸੇ ਕਿੱਦਾਂ ਇਕੱਠੇ ਕੀਤੇ, ਲਾਈਵ ਸ਼ੋਅਜ਼ ਕਰਕੇ ਜਾਂ ਬਿਜ਼ਨਸ ਕਰਕੇ? ਨਹੀਂ, ਮੈਂ ਸਾਰੇ ਵੀਰੇ ਮੈਂ ਆਪਣੇ ਸ਼ੋਅਜ਼ ਤੋਂ ਹੀ ਪੈਸੇ ਕਮਾਏ ਨੇ ਜਿੰਨੇ, ਮਤਲਬ ਮਿਹਰ ਹੈਗੀ ਹੈ ਵਾਹਿਗੁਰੂ ਜੀ ਦੀ ਕਿ ਆਪਾਂ, ਔਰ ਮੇਰੀ ਫੈਮਿਲੀ ਨੂੰ ਬੜੀ ਖੁਸ਼ੀ ਹੈਗੀ ਹੈ ਜੀ ਕਿ ਚਲੋ ਆਪਾਂ ਜੋ ਕੁਝ ਕੀਤਾ ਆਪਣੀ ਮਿਹਨਤ ਨਾਲ ਹੀ ਕੀਤਾ ਸਭ ਕੁਝ ਜੀ। ਆਪਾਂ, ਮੇਰੀ ਫੈਮਿਲੀ ਨੇ ਕੋਈ ਸਪੋਰਟ ਨਹੀਂ ਕੀਤਾ ਮੈਨੂੰ ਪੈਸਿਆਂ ਲਈ। ਅੱਛਾ, ਇਹ ਗੱਲ ਉਹ ਸੁਣ ਕੇ ਉਹਨਾਂ ਨੂੰ ਲੱਗੇਗਾ ਥੋੜੇ ਬਹੁਤ ਇਹਨੂੰ ਹੋਰ ਦੇ ਦਈਏ, ਇਹ ਮੁੰਡੇ ਦਾ ਚੈੱਕ ਭਰ ਦਿਓ। ਉਹਨਾਂ ਨੇ ਬਿਲਕੁਲ ਨਹੀਂ ਦਿੱਤੇ, ਬਟ ਅਸੀਂ ਖੁਦ ਸਾਰੇ ਸ਼ੋਜ਼ ਆਪਾਂ ਮਾਰਕੀਟ 'ਚ ਰਹੇ, ਇੱਦਾਂ ਨਹੀਂ ਹੈ ਕਿ ਆਪਾਂ ਮਾਰਕੀਟ ਤੋਂ ਆਊਟ ਹੋਏ, ਬਟ ਆਪਣੀ ਫੈਮਿਲੀ ਦੀਆਂ ਦੁਆਵਾਂ ਹੀ ਬਹੁਤ ਹੁੰਦੀਆਂ। ਹਾਂ ਬਿਲਕੁਲ, ਉਹ ਨਾਲ ਹੀ ਹੈਗੇ ਨੇ, ਸਾਰੇ ਨਾਲ ਖੜੇ ਨੇ। ਆਪਾਂ ਸ਼ੋਅ ਕਰਦੇ ਰਹੇ, ਆਪਾਂ ਇੱਦਾਂ ਨਹੀਂ ਹੈ ਕਿ ਸ਼ੋਅ ਕਰਦੇ ਮਾਰਕੀਟ ਤੋਂ ਬਾਹਰ ਨਹੀਂ ਹੋਏ, ਬਟ ਠੀਕ ਹੈ, ਗਾਣਾ ਸਾਡਾ ਨਹੀਂ। ਆਪਾਂ ਕਿੱਥੇ ਕਿੱਥੇ ਸ਼ੋਅ ਕੀਤੇ ਭਾਅ ਜੀ, ਇੰਡੀਆ 'ਚ ਜਾਂ ਬਾਹਰ ਵੀ? ਬਾਹਰ ਵੀ ਕੀਤੇ ਨੇ ਵੀਰੇ, ਮਤਲਬ ਮੈਨੂੰ ਲੱਗਦਾ ਕਿ ਮੈਂ ਪੰਜਾਬੀ ਸਿੰਗਰ, ਮਤਲਬ ਜਿੰਨੇ ਵੀ ਨੇ ਪੰਜਾਬ 'ਚ ਜ਼ਿਆਦਾ ਕਰਦੇ ਨੇ। ਆਪਾਂ ਮਤਲਬ ਬੈਂਗਲੋਰ, ਚੇਨਈ, ਹੈਦਰਾਬਾਦ, ਬੰਬੇ, ਸਾਰੀ ਜਗ੍ਹਾ ਪਰਫਾਰਮ ਕਰਕੇ ਆ ਚੁੱਕੇ, ਪੂਰਾ ਇੰਡੀਆ ਘੁੰਮ ਲਿਆ। ਟੱਚਵੁੱਡ, ਮਤਲਬ ਹਜੇ ਤਾਂ ਬਹੁਤ ਸਾਰੇ ਕਰਨੇ ਨੇ, ਓਕੇ, ਬਟ ਮੈਂ ਤਾਂ ਚਾਹਾਂਗਾ ਕਿ ਮੇਰਾ ਵਰਲਡ ਟੂਰ ਸਟਾਰਟ ਹੋ ਜੇ ਜਲਦੀ। ਓਕੇ, ਤਾਂ ਭਾਅ ਜੀ, ਬਾਹਰ ਦੀ ਆਡੀਅੰਸ ਔਰ ਪੰਜਾਬੀ ਆਡੀਅੰਸ ਦੇ ਵਿੱਚ ਤੁਹਾਨੂੰ ਕੀ ਡਿਫਰੈਂਸ ਲੱਗਦਾ ਹੈਗਾ ਬੇਸਿਕਲੀ? ਮੈਨੂੰ ਸਭ ਤੋਂ ਜ਼ਿਆਦਾ ਮਜ਼ਾ ਪੰਜਾਬੀ ਆਡੀਅੰਸ ਨਾਲ ਹੀ ਆਉਂਦਾ ਇੰਡੀਆ 'ਚ ਹੀ, ਕਿਉਂਕਿ ਉਹ ਸਾਡਾ ਢੋਲ ਸਟਾਰਟ ਹੁੰਦਾ ਬਸ, ਤਾਂ ਹੀ ਫਿਰ ਉਹਨਾਂ ਨੇ ਨੱਚਣਾ ਸ਼ੁਰੂ ਹੋ ਜਾਣਾ, ਨੱਚਣਾ ਸ਼ੁਰੂ ਹੋ ਜਾਣਾ। ਉਸ ਫਿਰ ਆਰਟਿਸਟ ਨੂੰ ਵੀ ਇੱਕ ਵੱਖਰਾ ਮਜ਼ਾ ਆਉਂਦਾ, ਵਾਈਬ ਮਿਲਦੀ ਹੈ, ਐਨਰਜੀ ਮਿਲਦੀ ਹੈ ਆਰਟਿਸਟ ਨੂੰ ਵੀ ਕਿ ਉਹਨਾਂ ਨਾਲ ਆਪਾਂ ਇਨਵੋਲਵ ਹੋ ਕੇ ਕੰਮ ਕਰਦੇ। ਬਿਲਕੁਲ ਭਾਅ ਜੀ, ਕਦੀ ਇੱਦਾਂ ਹੋਇਆ ਵੀ ਕੋਈ ਸ਼ੋਅ ਤੁਸੀਂ ਕਿਤੇ ਪਰਫੋਰਮ ਕੀਤਾ ਹੋਵੇ ਨਾ, ਕਦੀ ਇੱਦਾਂ ਹੋਇਆ ਕਿ ਕੋਈ ਐਸਾ ਫੈਨ ਤੁਹਾਨੂੰ ਐਸਾ ਮਿਲਿਆ ਹੋਵੇ ਜਿਹੜਾ ਤੁਹਾਡਾ ਅੱਜ ਵੀ ਤੁਹਾਨੂੰ ਲੱਗੇ ਵੀ ਪ੍ਰੀਸ਼ੀਅਸ ਮੂਮੈਂਟ, ਅੱਜ ਵੀ ਤੁਹਾਨੂੰ ਯਾਦ ਹੋਵੇ? ਦੇਖੋ, ਇੱਦਾਂ ਦਾ ਫੈਨ ਤਾਂ ਟੱਚਵੁੱਡ ਕਈ ਵਾਰੀ ਮਿਲਦੇ ਨੇ, ਬਟ ਇੱਕ ਸ਼ੋਅ ਬਾਰੇ ਜ਼ਰੂਰ ਤੁਹਾਨੂੰ ਦੱਸਦਾ। ਆਪਣਾ ਸ਼ੋਅ ਸੀ ਗਾਜ਼ੀਆਬਾਦ ਵਿਆਹ 'ਚ, ਉੱਥੇ ਮਤਲਬ ਮੈਨੂੰ ਲਾਸਟ 'ਚ ਪਰਫੋਰਮ ਕਰਨਾ ਸੀ। ਓਕੇ, ਤਾਂ ਸਾਨੂੰ 40-45 ਮਿੰਟ ਹੋਏ ਸੀ ਪਰਫੋਰਮ ਕਰਦੇ ਨੂੰ, ਔਰ ਬੰਦੇ ਆ ਗਏ, ਉਹਨਾਂ ਨੇ ਪਿਸਟਲ ਚੱਕੀ ਹੋਈ ਸੀ ਸਾਰਿਆਂ ਨੇ। ਉਹ ਪਤਾ ਨਹੀਂ, ਸ਼ਾਇਦ ਕਿਸੇ ਜਾਟ ਫੈਮਿਲੀ ਦਾ ਵਿਆਹ ਸੀ, ਉਹਨਾਂ ਨੇ ਸਾਰਿਆਂ ਨੇ ਗੋਲੀ ਚਲਾਉਣੀ ਸ਼ੁਰੂ ਕਰਤੀ ਸਾਡੀ ਵੱਲ ਲੈ ਕੇ, ਭਾਜੀ ਇਹ ਵਾਲਾ ਗਾ ਦਿਓ, ਉਹ ਵਾਲਾ ਗਾ ਦਿਓ। ਬੰਦਾ ਇੱਕ ਗਾਣੇ ਰਿਕੁਆਇਰਮੈਂਟ ਸੀ 10, ਆਪਾਂ ਬੜਾ ਡਰ ਡਰ ਕੇ ਗਾਇਆ। ਉਹ ਸ਼ੋਅ ਮੇਰੀ ਜ਼ਿੰਦਗੀ ਦਾ ਬੜਾ ਹੀ ਮਤਲਬ ਫਿਲਮੀ ਸਟਾਈਲ ਵਾਲਾ ਸ਼ੋਅ ਸੀ। ਬਿਲਕੁਲ, ਇਧਰੋਂ ਗਾਉਂਦੇ ਨੇ, ਉਧਰੋਂ ਆਵਾਜ਼ ਨਹੀਂ। ਨਹੀਂ, ਮੇਰੇ ਉਹ ਜਿਹੜੇ ਆਪਣੇ ਮਿਊਜ਼ੀਸ਼ੀਅਨ ਸੀ, ਉਹ ਵੀ ਵਾਰ ਵਾਰ ਡਰ ਰਹੇ ਸੀ ਕਿ ਭਾਜੀ ਇਹਨਾਂ ਨੇ ਦਾਰੂ ਪੀਤੀ ਹੋਈ, ਕਿਤੇ ਫਾਇਰ ਫੂਇਰ ਹੀ ਨਾ ਕਰ ਦੇਣ। ਮੈਂ ਕਿਹਾ ਬਸ ਗਾਈ ਜਾਓ, ਬਜਾਈ ਜਾਓ, ਇਹਨਾਂ ਨੇ ਕੁਝ ਨਹੀਂ ਕਰਨਾ। ਬਿਲਕੁਲ ਭਾਜੀ, ਔਰ ਕਾਫੀ ਮਜ਼ਾ ਆ ਰਿਹਾ ਗੱਲਾਂ ਬਾਤਾਂ ਕਰਕੇ, ਬੜੀ ਖੁੱਲੀਆਂ ਗੱਲਾਂ ਬਾਤਾਂ ਹੋ ਰਹੀਆਂ। ਔਰ ਭਾਜੀ, ਫਿਊਚਰ ਪਲਾਨਸ ਵੀ ਆਪਾਂ ਗੱਲ ਕਰਾਂਗੇ। ਬਿਲਕੁਲ ਭਾਜੀ, ਤੇ ਫਿਰ ਟਾਈਮ ਹੋ ਚੁੱਕਾ ਬ੍ਰੇਕ ਦਾ। ਅਰੇ ਭਾਜੀ, ਬਿਲਕੁਲ। ਤਾਂ ਪੀ ਡੀ ਜੀ ਸਪੋਟ ਲਾਈਟ ਦੇ ਵਿੱਚ ਇੱਕ ਵਾਰ ਫਿਰ ਟਾਈਮ ਹੋ ਚੁੱਕਾ ਜੀ ਬ੍ਰੇਕ ਦਾ। ਬ੍ਰੇਕ ਫਿਰ ਛੋਟੀ ਜਿਹੀ ਹੈ ਜੀ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੀ ਡੀ ਸੀ ਸਪੋਟ ਲਾਈਟ ਦੇ ਵਿੱਚ, ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਬਹੁਤ ਹੀ ਖੂਬਸੂਰਤ ਕਲਾਕਾਰ, ਅੱਜ ਵੈਸੇ ਵੀ ਜ਼ਿਆਦਾ ਖੂਬਸੂਰਤ ਆ ਰਹੇ ਭਾਜੀ, ਕਾਲਾ ਚਸ਼ਮਾ ਜੱਚਦਾ ਹੈ, ਜੱਚਦਾ ਹੈ ਗੋਰੇ ਮੁਖੜੇ ਦੇ। ਤੇ ਗੱਲਾਂ ਬਾਤਾਂ ਚੱਲ ਰਹੀਆਂ ਸੀਗੀਆਂ ਭਾਜੀ ਫਿਊਚਰ ਦੇ ਬਾਰੇ, ਹਾਂ ਭਾਜੀ, ਸੋ 8 ਸਾਲ ਦਾ ਪਹਿਲਾਂ ਗੈਪ ਪਾਤਾ, ਹੁਣ ਜਿਹੜੇ ਫਿਊਚਰ ਪ੍ਰੋਜੈਕਟਸ ਆ ਰਹੇ ਨੇ ਉਹਨਾਂ ਵਿੱਚ ਵੀ ਇੰਨਾ ਲੰਬਾ ਗੈਪ ਦੇਖਣ ਨੂੰ ਮਿਲੂਗਾ ਕਿ ਜਲਦੀ ਜਲਦੀ ਆ ਰਹੇ ਨੇ? ਉਹ ਆਪਾਂ ਇਸੇ ਸਾਲ 'ਚ ਕਰ ਰਹੇ ਹਾਂ ਭਾਜੀ, ਜੁਲਾਈ 'ਚ ਸਾਡਾ, ਜੂਨ ਜੁਲਾਈ 'ਚ ਆਪਾਂ ਦੂਜਾ ਗਾਣਾ ਛੱਡ ਦੇਵਾਂਗੇ। ਓਕੇ, ਔਰ ਇਸ ਸਾਲ 'ਚ ਆਪਣੇ ਦੋ ਗਾਣੇ ਆ ਰਹੇ ਨੇ ਭਾਜੀ। ਬਿਲਕੁਲ, ਔਰ ਭਾਜੀ ਇਸ ਗਾਣੇ ਦੀ ਜਿਹੜੀ ਜਿਹੜਾ ਫਿਊਚਰ ਦੇ ਵਿੱਚ ਗਾਣਾ ਆ ਰਿਹਾ ਉਹਦੇ ਵਿੱਚ ਕਿਹੜੀ ਕਿਹੜੀ ਟੀਮ ਤੁਸੀਂ? ਉਹ 'ਚ ਆਪਾਂ ਭਾਜੀ ਇੱਕੇ ਭਾਈ ਤੋਂ ਆਪਾਂ ਲਿਰਿਕਸ ਲਏ ਨੇ, ਵਾਹ, ਔਰ ਰੈਪ ਵੀ ਕਰਾ ਰਹੇ ਇੱਕੇ ਭਾਈ ਤੋਂ। ਕੀ ਬਾਤ ਹੈ, ਬੜੇ ਸੋਹਣੇ ਸੋਹਣੇ ਗਾਣੇ ਦਿੱਤੇ ਉਹਨਾਂ ਨੇ ਇੰਡਸਟਰੀ ਨੂੰ। ਹਾਂ ਭਾਜੀ, ਬਿਲਕੁਲ 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 ਬਿਲਕੁਲ, ਔਰ ਪ੍ਰੀਤ ਹੁੰਡਲ ਤੋਂ ਹੀ ਮਿਊਜ਼ਿਕ ਕਰਾਇਆ ਉਹਦਾ। ਅੱਛਾ ਜੀ ਜੀ, ਔਰ ਉਸ ਤੋਂ ਇਲਾਵਾ ਆਪਾਂ ਇੱਕ ਨਵੀਂ ਚੀਜ਼ ਚੇਤਕ ਕਰਕੇ ਲੈ ਕੇ ਆ ਰਹੇ ਹਾਂ ਭਾਜੀ, ਨਵਾਂ ਗਾਣਾ। ਚੇਤਕ ਵੈਸੇ ਪੁਰਾਣੀ ਚੀਜ਼ ਹੈ ਪਰ ਉਹਨੂੰ ਨਵੇਂ ਅੰਦਾਜ਼ 'ਚ ਪੇਸ਼ ਕਰਾਂਗੇ। ਆਪਾਂ ਬਹੁਤ ਵਧੀਆ ਅੰਦਾਜ਼ ਲੈ ਕੇ ਆ ਰਹੇ ਭਾਜੀ ਉਹਨੂੰ, ਔਰ ਲੋਕਾਂ ਨੂੰ ਜ਼ਰੂਰ ਸਾਡਾ ਚੇਤਕ ਪਸੰਦ ਆਏਗਾ, ਪਸੰਦ ਆਊਗਾ, ਉਹ ਆਪਾਂ ਗੁਪ ਸ਼ੇਰਾ ਭਾਜੀ ਨਾਲ ਕਰ ਰਹੇ ਹਾਂ। ਅਤੇ ਭਾਜੀ ਕੁਛ ਇੱਕ ਐਸੀ ਫੀਲਿੰਗ ਜਿਹੜੀ ਇਹਨਾਂ 8 ਸਾਲਾਂ ਦੇ ਵਿੱਚ ਤੁਹਾਨੂੰ ਲੱਗਦਾ ਸੀਗਾ ਜਦੋਂ ਤੁਸੀਂ ਸਟਰਗਲ ਕਰ ਰਹੇ ਸੀ ਬਹੁਤ ਜ਼ਿਆਦਾ, ਹੈ ਨਾ, ਇੰਡਸਟਰੀ ਦੇ ਵਿੱਚ, ਕੋਈ ਇੱਕ ਐਸੀ ਫੀਲਿੰਗ ਜਿਹੜੀ ਤੁਸੀਂ ਅੱਜ ਸਾਡੇ ਨਾਲ ਸ਼ੇਅਰ ਕਰਨੀ ਚਾਹੋ? ਸਭ ਤੋਂ ਫੀਲਿੰਗ ਸਭ ਤੋਂ ਵਧੀਆ ਆਹੀ ਹੈ ਕਿ ਲੋਕਾਂ ਨੇ ਬੜਾ ਪਿਆਰ ਦਿੱਤਾ ਹੈ ਭਾਜੀ, ਉਹਨਾਂ ਦਾ ਧੰਨਵਾਦ ਸਾਰਿਆਂ ਨੇ, ਸਲਿਊਟ, ਕਿ ਸਭ ਦੇ ਕਰਕੇ ਹੀ ਅੱਜ ਖੜੇ ਹਾਂ ਜੀ। 8 ਸਾਲ ਬਾਅਦ ਸਾਡੀ ਵਾਪਸੀ ਹੋਈ ਹੈ ਤਾਂ ਸਿਰਫ ਸਾਡੀ ਆਡੀਅੰਸ ਕਰਕੇ ਹੋਈ ਹੈ ਭਾਜੀ। ਬਿਲਕੁਲ, ਉਹਨਾਂ ਦਾ ਇਹ ਪਿਆਰ ਹੈਗਾ ਕਿ ਫਿਰ ਸਾਨੂੰ ਲੱਗਿਆ ਕਿ ਨਹੀਂ ਯਾਰ ਕਰਨਾ ਤਾਂ ਹੈ ਜੀ ਭਾਅ ਜੀ। ਔਰ ਪੋਜ਼ਿਟਿਵਿਟੀ ਦੇ ਨਾਲ ਨਾਲ ਕਿਤੇ ਨਾ ਕਿਤੇ ਲਾਈਫ ਦੇ ਵਿੱਚ ਨੈਗੇਟਿਵਿਟੀ ਵੀ ਆਉਂਦੀ ਆ, ਹੈ ਨਾ, ਸੋ ਅਕਸਰ ਮਤਲਬ ਕਦੀ ਤੁਹਾਨੂੰ ਇੱਦਾਂ ਫੀਲ ਹੋਇਆ ਵੀ ਕਿਸੇ ਇੱਕ ਮੂਮੈਂਟ 'ਤੇ ਜਾ ਕੇ ਤੁਸੀਂ ਕਦੀ ਨੈਗੇਟਿਵ ਹੋਏ ਹੋ? ਨਹੀਂ ਵੀਰੇ, ਮੈਂ ਸੀਰੀਅਸਲੀ, ਮੈਂ ਸੱਚੀ ਦੱਸ ਰਿਹਾ, ਮਤਲਬ ਮੈਂ ਵਾਕਈ ਬੜਾ ਪੋਜ਼ਿਟਿਵ ਆਦਮੀ ਹਾਂ। ਕਿਆ ਬਾਤ, ਮੈਨੂੰ ਮੇਰੇ ਗੱਲਾਂ ਬਾਤਾਂ ਕਰਕੇ ਲੱਗ ਰਿਹਾ ਭਾਅ ਜੀ। ਜਿੱਡੇ ਜਿੰਨੇ ਵੀ ਯਾਰ ਦੋਸਤ ਹੈਗੇ ਨੇ ਉਹਨਾਂ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਸੀਰੀਅਸਲੀ ਫੋਨ ਕਰਕੇ
ਆਪਣੀ ਭਾਅ ਜੀ ਉਹੀ ਮੈਂ ਗੱਲ ਕਹੀ ਕਿ ਭਾਅ ਜੀ ਆਪਣੀ ਪੰਜਾਬੀ ਬੀਟ ਇੰਨੀ ਵਧੀਆ ਇੱਕ ਤਾਂ ਫਿਰ ਲੋਕ ਇੰਜੋਏ ਕਰਦੇ ਨੇ ਔਰ ਪਤਾ ਨਹੀਂ ਰੱਬ ਦੀ ਮਿਹਰ ਹੀ ਹੈਗੀ ਹੈ ਕਿ ਜਿੱਥੇ ਵੀ ਸ਼ੋਅ ਕੀਤਾ ਬੱਲੇ ਬੱਲੇ ਹੋਈ ਹੈ ਬੱਲੇ ਬੱਲੇ ਹੋਈ ਹੈ ਔਰ ਭਾਅ ਜੀ ਐਜ਼ ਅ ਸਿੰਗਰ ਤੁਸੀਂ ਆਪਣੀ ਪਹਿਚਾਣ ਬਣਾ ਰਹੇ ਹੋ ਹੈ ਨਾ ਆਉਣ ਵਾਲੇ ਦਿਨਾਂ 'ਚ ਪ੍ਰੋਜੈਕਟਸ ਆ ਵੀ ਰਹੇ ਨੇ ਬਿਲਕੁਲ ਭਾਅ ਜੀ ਸੋ ਤੁਹਾਨੂੰ ਕੀ ਲੱਗਦਾ ਵੀ ਜੇ ਸੋਨੂੰ ਠੁਕਰਾਲ ਸਿੰਗਰ ਨਾ ਹੁੰਦਾ ਤਾਂ ਕੀ ਹੁੰਦਾ ਪਤਾ ਨਹੀਂ ਭਾਅ ਜੀ ਇਹ ਬੜਾ ਔਖਾ ਕੰਮ ਹੈ ਇਹ ਸਵਾਲ ਵੀ ਬੜਾ ਔਖਾ ਕਿਉਂਕਿ ਮੈਂ ਸਟੱਡੀ 'ਚ ਬੜਾ ਹੀ ਨਲਾਇਕ ਰਿਹਾ ਭਾਅ ਜੀ ਸੀਰੀਅਸਲੀ ਮੈਨੂੰ ਸੱਚ ਬੋਲਣ ਦੀ ਆਦਤ ਹੈ ਨਹੀਂ ਨਹੀਂ ਬਿਲਕੁਲ ਸੱਚ ਹੀ ਬੋਲਣਾ ਚਾਹੀਦਾ ਭਾਅ ਜੀ ਤਾਂ ਕਈ ਵਾਰੀ ਮੈਨੂੰ ਲੱਗਦਾ ਸ਼ਾਇਦ ਰੱਬ ਨੇ ਸੋਚਿਆ ਹੋਣਾ ਕਿ ਇਹਨੂੰ ਆਰਟਿਸਟ ਹੀ ਬਣਾਉਣਾ ਹੈ ਇਸ ਕਰਕੇ ਉਹਨੇ ਕਿ ਪੜ੍ਹਾਈ ਪੜੂਈ ਤੋਂ ਦੂਰ ਰੱਖੋ ਇਹਨੂੰ ਜੇ ਸੋਨੂੰ ਠੁਕਰਾਲ ਫਿਰ ਤਾਂ ਪਤਾ ਨਹੀਂ ਕਿੱਥੇ ਭਾਅ ਜੀ ਕੋਈ ਸੇਲਸਮੈਨ ਹੀ ਹੋਣਾ ਸੀ ਬਾਈਕ 'ਤੇ ਬੜਾ ਔਖਾ ਕੰਮ ਹੈ ਬਿਲਕੁਲ ਔਰ ਭਾਅ ਜੀ ਆਉਣ ਵਾਲੇ ਸਾਲਾਂ ਦੇ ਵਿੱਚ ਫਿਊਚਰ ਪ੍ਰੋਜੈਕਟਸ 'ਤੇ ਹਿੱਟ ਹੋਣ ਤੋਂ ਬਾਅਦ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ ਨਹੀਂ ਮੈਨੂੰ ਲੱਗਦਾ ਹੈ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਮੈਂ ਬੜਾ ਪੋਜ਼ਿਟਿਵ ਆਦਮੀ ਹਾਂ ਔਰ ਮੇਰੇ ਪਲਾਨਸ ਕਾਫੀ ਸਾਰੇ ਹੈਗੇ ਨੇ ਮੈਂ ਚਾਹ ਰਿਹਾ ਰੱਬ ਕਰੇ ਕਿ ਮੈਂ ਜਲਦੀ ਤੋਂ ਜਲਦੀ ਬੰਬੇ ਬਾਲੀਵੁੱਡ ਕੁਛ ਕਰਾਂ ਪਲਾਨ ਕਰਾਂ ਟੱਚਵੁੱਡ ਪਲੈਨਿੰਗ ਚੱਲ ਵੀ ਰਹੀ ਹੈ ਔਰ ਭਾਅ ਜੀ ਪਲੈਨਿੰਗ ਤਾਂ ਮੈਨੂੰ ਯਾਦ ਹੈ ਬਾਲੀਵੁੱਡ ਦੀ ਤੁਸੀਂ ਗੱਲ ਕੀਤੀ ਹੈ ਬਾਲੀਵੁੱਡ ਦੇ ਵਿੱਚ ਇੱਕ ਗਾਣਾ ਤੁਹਾਡਾ ਆਇਆ ਵੀ ਹੈ ਹਾਂ ਬਿਲਕੁਲ ਇੱਕ ਡੌਨ ਕਿੰਗ ਡੌਨ ਕਿੰਗ ਉਹ ਆਪਾਂ ਮੈਂ ਬੰਬੇ ਮੇਰੇ ਦੋਸਤ ਹੈਗੇ ਨੇ ਸ਼ੇਜ਼ਵੁੱਡ ਹੀ ਇਜ਼ ਅ ਡਿਊਡ ਮਿਊਜ਼ਿਕ ਡਾਇਰੈਕਟਰ ਉਹਨਾਂ ਲਈ ਮੈਂ ਵੋਕਲ ਦਿੱਤੀ ਸੀ ਡੌਨ ਕਿੰਗ 'ਚ ਹਿੰਦੀ ਗਾਣਾ ਸੀ ਭਾਅ ਜੀ ਔਰ ਫਿਲਹਾਲ ਇੱਕ ਮੂਵੀ ਆ ਰਹੀ ਹੈ ਭਾਈ ਮਸਟ ਬੀ ਕ੍ਰੇਜ਼ੀ ਉਹ 'ਚ ਮੇਰਾ ਗਾਣਾ ਤੁਹਾਨੂੰ ਇਸੇ ਸਾਲ ਰੱਬ ਨੇ ਚਾਹੀਦਾ ਨਜ਼ਰ ਆ ਜਾਏਗਾ ਬਿਲਕੁਲ ਭਾਅ ਜੀ ਮੈਂ ਆਡੀਅੰਸ ਨਾਲ ਵਾਅਦਾ ਕੀਤਾ ਸੀਗਾ ਵੀ ਆਪਾਂ ਮਹਿਫਿਲਾਂ ਦਾ ਮਾਹੌਲ ਇਸੇ ਤਰ੍ਹਾਂ ਕੰਟੀਨਿਊ ਕਰਨਾ ਬਿਲਕੁਲ ਭਾਅ ਜੀ ਤਾਂ ਡੌਨ ਕਿੰਗ ਗਾਣਾ ਮੈਂ ਕਹਿੰਦਾ ਹੋ ਹੀ ਜਾਵੇ ਬਸ ਠੀਕ ਹੈ ਭਾਅ ਜੀ ਡੌਨ ਕਿੰਗ ਮੈਂ ਤੁਹਾਨੂੰ ਗੋਲੀ ਗੋਲੀ ਨਾ ਚਲਾ ਦਿਓ ਕਿਤੇ ਡੌਨ ਕਿੰਗ ਕਾਏਗਾ ਡੌਨ ਕਾਏਕਾ ਕਿੰਗ ਟਿੰਗ ਟਿੰਗ ਅਰੇ ਕਾਏਕਾ ਡੌਨ ਕਾਏਕਾ ਕਿੰਗ ਟਿੰਗ ਟਿੰਗ ਅਰੇ ਘੰਟੀ ਤੋਂ ਬਸ ਇੱਕ ਹੀ ਬਸਤੀ ਉਹ ਵੀ ਅਬੁਨ ਕੀ ਕਾਏਕਾ ਡੌਨ ਕਾਏਕਾ ਕਿੰਗ ਟਿੰਗ ਟਿੰਗ ਅੱਜ ਕੱਲ੍ਹ ਤੁਸੀਂ ਦੇਖਿਓ ਨਾ ਪਬਲਿਸਿਟੀ ਦਾ ਬੜਾ ਲੋਕ ਪਬਲਿਸਿਟੀ ਪਿੱਛੇ ਭੱਜ ਰਹੇ ਨੇ ਡਿਜੀਟਲ ਮੀਡੀਆ ਹਾਂ ਮੈਂ ਉਹ 'ਚ ਚਾਰ ਲਾਈਨਾਂ ਪਬਲਿਸਿਟੀ ਪਾਣੇ ਕੀ ਹੈ ਬਹੁਤ ਬੜੀ ਲੜਾਈ ਕਿਸੇ ਕੀ ਉਹ ਸ਼ਾਦੀ ਹੈ ਕਿਸੇ ਕੀ ਸਗਾਈ ਕਿਸੇ ਕੀ ਫੱਟੀ ਮੇ ਜਾ ਕੇ ਟਾਂਗ ਅੜਾਨੇ ਕਾ ਕੋਈ ਵੀ ਮਰੇ ਸਾਲਾ ਫੋਟੋ ਖਿਚਾਣੇ ਕਾ ਕਾਏਗਾ ਡੌਨ ਕਾਏਕਾ ਕਿੰਗ ਟਿੰਗ ਟਿੰਗ ਕੀ ਬਾਤ ਹੈ ਭਾਜੀ ਔਰ ਭਾਜੀ ਐਜ਼ ਅ ਸਿੰਗਰ ਤੁਸੀਂ ਸਭ ਤੋਂ ਜ਼ਿਆਦਾ ਇੰਸਪਾਇਰ ਕਿਹਨਾਂ ਤੋਂ ਹੁੰਦੇ ਹੋ ਔਰ ਕਿਹਨਾਂ ਨੂੰ ਤੁਸੀਂ ਆਪਣਾ ਆਈਡਲ ਮੰਨਦੇ ਹੋ ਵੀਰੇ ਬਹੁਤ ਸਾਰੇ ਸਿੰਗਰ ਨੇ ਮੈਂ ਤਾਂ ਸਭ ਤੋਂ ਛੋਟਾ ਮੈਨੂੰ ਸਾਰੇ ਹੀ ਪਸੰਦ ਆਉਂਦੇ ਨੇ ਅੱਛਾ ਨਹੀਂ ਕੋਈ ਕੁਝ ਨਾਮ ਜਿਹੜੇ ਮਾਨ ਸਾਹਿਬ ਮਾਨ ਸਾਹਿਬ ਸੁਖਵਿੰਦਰ ਭਾਜੀ ਕੀ ਬਾਤ ਦਲੇਰ ਮਹਿੰਦੀ ਭਾਜੀ ਇਹਨਾਂ ਨੂੰ ਦੇਖ ਦੇਖ ਕੇ ਮਲਕੀਤ ਭਾਜੀ ਮੈਂ ਤਾਂ ਇੰਨੇ ਸਾਰੇ ਨਾਂ ਨੇ ਬਸ ਨਾ ਹੀ ਪੁੱਛੋ ਸਾਰਿਆਂ ਨੂੰ ਲਾਈਕ ਕਰਦਾ ਭਾਜੀ ਸਾਰੇ ਹੀ ਬਹੁਤ ਸਾਡੇ ਤੋਂ ਬਹੁਤ ਸੀਨੀਅਰ ਹੈਗੇ ਨੇ ਸਾਰਿਆਂ ਨੂੰ ਦੇਖ ਦੇਖ ਕੇ ਹੀ ਮੈਂ ਵੱਡਾ ਹੋਇਆ ਭਾਜੀ ਉਹਨਾਂ ਨੂੰ ਸੁਣ ਸੁਣ ਕੇ ਹੀ ਮੈਨੂੰ ਇਹ ਲੱਤ ਲੱਗੀ ਤੁਹਾਨੂੰ ਸਹੀ ਦੱਸਾਂ ਕਿ ਮੈਨੂੰ ਲੱਗਦਾ ਸੀ ਯਾਰ ਸਿੰਗਰ ਹੀ ਬਣਨਾ ਹੁਣ ਸਿੰਗਰ ਹੀ ਬਣਨਾ ਹੋਰ ਕੁਝ ਬਣਨਾ ਹੀ ਨਹੀਂ ਹੁਣ ਬਸ ਭਾਜੀ ਜੀ ਅੱਛਾ ਭਾਜੀ ਹਰ ਇੱਕ ਸਿੰਗਰ ਦੀਆਂ ਹਰ ਇੱਕ ਕਲਾਕਾਰ ਦੀਆਂ ਕੁਝ ਨਾ ਕੁਝ ਹੋਬੀਜ਼ ਜ਼ਰੂਰ ਹੁੰਦੀਆਂ ਬਿਲਕੁਲ ਭਾਜੀ ਉਹਨਾਂ ਬਾਰੇ ਦੱਸੋ ਕਿਹੜੇ ਕਿਹੜੇ ਸ਼ੌਂਕ ਨੇ ਤੁਹਾਡੇ ਸ਼ੌਂਕ ਕੁਝ ਜ਼ਿਆਦਾ ਨਹੀਂ ਭਾਜੀ ਗੱਡੀ ਚਲਾਉਣ ਦਾ ਬੜਾ ਸ਼ੌਂਕ ਹੈ ਅੱਛਾ ਜੀ ਜੇ ਮੌਕਾ ਲੱਗਦਾ ਹੈ ਤਾਂ ਆਪਾਂ ਲੌਂਗ ਡਰਾਈਵ 'ਤੇ ਮੈਂ ਇਕੱਲਾ ਹੀ ਚਲਾ ਜਾਂਦਾ ਕਈ ਮਤਲਬ ਇਹਦਾ ਮਤਲਬ ਇਹ ਜੀ ਸਿੰਗਰ ਨਾ ਹੁੰਦੇ ਡਰਾਈਵਰ ਹੁੰਦੇ ਅੱਜ ਕੱਲ੍ਹ ਓਲਾ ਉਬਰ ਦਾ ਕਾਫੀ ਕੰਮ ਚੱਲ ਰਿਹਾ ਠੀਕ ਹੈ ਔਰ ਕ੍ਰਿਕਟ ਦਾ ਬੜਾ ਸ਼ੌਂਕ ਹੈ ਭਾਅ ਜੀ ਅੱਛਾ ਜੇ ਖਾਲੀ ਟਾਈਮ ਮਿਲਦਾ ਆਪਣੇ ਦੋਸਤਾਂ ਨਾਲ ਸੰਡੇ ਸੁੰਡੇ ਨੂੰ ਮੈਚ ਵੀ ਖੇਡ ਲੈਂਦਾ ਮੈਚ ਖੇਡਦੇ ਹਾਂ ਵਾਰੀ ਵਾਰੀ ਲੈ ਕੇ ਭੱਜ ਜਾਂਦੇ ਹੋ ਸ਼ੋਅ ਸ਼ੂ ਕਰਨ ਕਿ ਨਹੀਂ ਭਾਅ ਜੀ ਮੈਂ ਪੂਰਾ ਟਾਈਮ ਦਿੰਦਾ ਭਾਅ ਜੀ ਪੂਰਾ ਟਾਈਮ ਦਿੰਦਾ ਫੀਲਡਿੰਗ ਪੂਰੀ ਕਰਕੇ ਜਾਂਦਾ ਭਾਅ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜਿਹੜਾ ਨਵਾਂ ਗਾਣਾ ਆਇਆ ਹਿੱਟ ਹੋਇਆ ਔਰ ਉਹਦੇ ਨਾਲ ਨਾਲ ਜਿਹੜੇ ਫਿਊਚਰ ਦੇ ਵਿੱਚ ਪ੍ਰੋਜੈਕਟਸ ਆ ਰਹੇ ਨੇ ਪੀਡੀਸੀ ਨੈਟਵਰਕ ਦੀ ਪੂਰੀ ਟੀਮ ਦੇ ਵੱਲੋਂ ਦੁਆਵਾਂ ਨੇ ਕਿ ਜ਼ਰੂਰ ਹਿੱਟ ਹੋਣ ਆਰੇ ਭਾਈ ਥੈਂਕ ਯੂ ਵੈਰੀ ਮਚ ਥੈਂਕ ਯੂ ਬਹੁਤ ਵਧੀਆ ਲੱਗਾ ਭਾਈ ਤੁਹਾਡੇ ਨਾਲ ਗੱਲ ਸ਼ੁਕਰੀਆ ਭਾਈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਭਾਈ ਸਤਿ ਸ਼੍ਰੀ ਅਕਾਲ ਸੋ ਪੀਡੀਸੀ ਸਪੋਟਲਾਈਟ ਦੇ ਵਿੱਚ ਇਹ ਸੀਗੀ ਸੋਨੂੰ ਠੁਕਰਾਲ ਬਾਈ ਦੇ ਨਾਲ ਇੱਕ ਖਾਸ ਮੁਲਾਕਾਤ ਅਤੇ ਹੁਣ ਵੇਲਾ ਹੋ ਗਿਆ ਜੀ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਪਰ ਅਗਲੇ ਐਪੀਸੋਡ ਦੇ ਵਿੱਚ ਆਪਾਂ ਜ਼ਰੂਰ ਮਿਲਾਂਗੇ ਕਿਸੇ ਹੋਰ ਟੈਲੈਂਟਡ ਆਰਟਿਸਟ ਦੇ ਨਾਲ ਉਦੋਂ ਤੱਕ ਲਈ ਮੈਨੂੰ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ